ਸਤਿ ਸ਼੍ਰੀ ਅਕਾਲ ਜੀ। ਪੀਅਰਸਨ ਟੈਸਟ ਆਫ ਇੰਗਲਿਸ਼ ਜਿਹੜੇ ਲੋਕ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਰਵਾ ਰਹੇ ਸੀਗੇ, ਉਹਨਾਂ ਲਈ ਲਾਸਟ ਵੀਕ ਇੱਕ ਨਿਊਜ਼ ਜਿਹੜੀ ਸੀਗੀ ਸਿਰਦਰਦੀ ਬਣੀ ਹੋਈ ਸੀ, ਔਰ ਬਹੁਤ ਸਾਰੇ ਬੱਚੇ ਜਿਹੜੇ ਪੀਟੀ ਕਰ ਰਹੇ ਉਹਨਾਂ ਲਈ ਵੀ ਕਨਫਿਊਜ਼ਨ ਬਣੀ ਹੋਈ ਸੀ। ਸ਼ਾਇਦ ਕੈਨੇਡੀਅਨ ਗੌਰਮੈਂਟ ਪੀਟੀ ਦੇ ਨਾਲ ਕੈਨੇਡਾ ਦਾ ਸਟੂਡੈਂਟ ਵੀਜ਼ਾ ਗ੍ਰਾਂਟ ਨਹੀਂ ਕਰੂਗਾ, ਪਰ ਲਾਸਟ ਤੁਸੀਂ ਪਿਛਲੇ ਦਿਨ ਦੇਖਿਆ ਕਿ ਜਿਹੜਾ ਹੈਗਾ ਕੈਨੇਡਾ ਨੇ IRCC ਨੇ ਆਫਿਸ਼ੀਅਲੀ ਆਪਦਾ ਜਿਹੜਾ ਅਪਡੇਟ ਦਿੱਤਾ, ਜਿਹਦੇ ਵਿੱਚ ਸਟੂਡੈਂਟ ਵੀਜ਼ੇ ਦੇ ਨਾਲ ਨਾਲ ਸਕਿੱਲਡ ਵਰਕਰ ਅਤੇ PR ਵਾਲੇ ਜਿਹੜੇ ਕਲਾਇੰਟ ਹੈਗੇ ਆ ਉਹ ਵੀ PT ਨਾਲ ਹੁਣ ਆਪਣੀ ਫਾਈਲ ਜਿਹੜੀ ਹੈ ਕੈਨੇਡਾ ਅੰਬੈਸੀ ਦੇ ਵਿੱਚ ਸਬਮਿਟ ਕਰ ਸਕਦੇ ਆ, ਅਤੇ ਪਹਿਲਾਂ ਨਾਲੋਂ ਵੀ ਜਿਹੜੇ ਰਿਜ਼ਲਟ ਆ ਉਹ ਪੋਜ਼ਿਟਿਵ ਆਉਣਗੇ, ਕਿਉਂਕਿ ਅੱਜ ਤੱਕ IRCC ਨੇ ਕਦੇ ਵੀ PT ਨੂੰ ਐਕਸੈਪਟ ਜਾਂ ਨਾ ਐਕਸੈਪਟ ਕਰਨ ਦੀ ਨਿਊਜ਼ ਨਹੀਂ ਦਿੱਤੀ ਸੀ। ਹੁਣ IRCC ਦੀ ਵੈਬਸਾਈਟ 'ਤੇ ਜਾ ਕੇ ਤੁਸੀਂ PT ਦਾ ਅਪਡੇਟ ਦੇਖ ਸਕਦੇ ਹੋ, ਔਰ ਪੀਅਰਸਨ ਟੈਸਟ ਇੰਗਲਿਸ਼ ਜਿਹੜਾ ਹੈਗਾ ਉਹਦੇ ਨਾਲ ਆਪਣਾ ਸਟੂਡੈਂਟ ਵੀਜ਼ੇ ਦੇ ਨਾਲ ਨਾਲ ਵਰਕ ਪਰਮਿਟ ਔਰ PR ਦਾ ਕੇਸ ਕੈਨੇਡਾ ਦਾ ਪ੍ਰੋਸੈਸ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।